मैं मनजीत सिंह बंटी जी, वैसे तो मेरा जन्म संगरूर होया जी, पर उस तो बाद असी 35-40 साल हो गए पटियाले दे विच ही आ गए हैं जी। मेरा काम अंटीक दा जी, जिवें पुराना कोई भी समान हुंदा अंटीक दा जी, वो मैं कलैक्ट करदा जी, ते कारां दे विच डील करदा, पुरानियां अंटीक विंटेज कारां। ਗੱਡੀਆਂ ਦੇ ਵਿੱਚ ਜੀ ਸਾਰੀਆਂ ਤਕਰੀਬਨ ਅਮੈਰੀਕਨ ਗੱਡੀਆਂ ਵੀ ਨੇ ਜੀ, ਅਤੇ ਮੇਡ ਇਨ ਲੰਡਨ ਦੀਆਂ ਵੀ ਨੇ, ਜਰਮਨ ਦੀਆਂ ਵੀ ਹੈਗੀਆਂ ਨੇ ਸਾਰੀਆਂ ਮੇਰੇ ਕੋਲ ਜੀ, ਅਤੇ ਕੁਛ ਮੇਰੀਆਂ ਗੱਡੀਆਂ ਹੁਣ ਤਿਆਰ ਹੋ ਰਹੀਆਂ ਨੇ ਜੀ। ਹੋਰ ਅੰਟੀਕ ਦੇ ਵਿੱਚ ਜੀ ਮੇਰੇ ਕੋਲ ਤੁਹਾਨੂੰ ਤਕਰੀਬਨ ਲੈਂਪਸ, ਝੂਮਰ, ਕੈਂਡਲ ਸਟੈਂਡ ਪੁਰਾਣੇ ਜਿੰਨੇ ਵੀ ਆਉਂਦੇ ਸੀ, 100 ਸਾਲ 125 ਸਾਲ, ਪੇਂਟਿੰਗਾਂ ਮੇਰੇ ਕੋਲ ਮਿਲ ਜਾਣਗੀਆਂ ਜੀ ਤੁਹਾਨੂੰ, ਸ਼ਸਤਰ ਮਿਲ ਜਾਣਗੇ ਜੀ ਪੁਰਾਣੇ, ਠੀਕ ਹੈ ਜੀ। ਇਹਦੇ ਵਿੱਚ ਬਰਤਨ ਬਹੁਤ ਪੁਰਾਣੇ ਮਿਲਣਗੇ ਤੁਹਾਨੂੰ, ਹੁੱਕੇ ਬਹੁਤ ਮਿਲਣਗੇ, ਫਰਨੀਚਰ ਬਹੁਤ ਮਿਲੂਗਾ ਜੀ ਮੇਰੇ ਕੋਲ, ਪੁਰਾਣਾ ਅੰਟੀਕ ਤੁਹਾਨੂੰ, ਮਤਲਬ ਕਿ ਜੋ ਅੰਟੀਕ ਦੇ ਵਿੱਚ ਆਉਂਦੀ ਆਈਟਮ ਉਹ ਸਾਰਾ ਮੇਰੇ ਕੋਲ ਤੁਹਾਨੂੰ ਮਿਲੂਗਾ ਜੀ। ਮੈਂ ਬਚਪਨ ਤੋਂ ਅਸੀਂ ਸੰਗਰੂਰ ਰਹਿੰਦੇ ਸੀ, ਮੇਰੇ ਦਾਦਕੇ ਨੇ ਜੀ ਉੱਥੇ, ਉਰੇ ਪਟਿਆਲੇ ਸ਼ਹਿਰ 'ਚ ਮੇਰੇ ਨਾਨਕੇ ਨੇ ਜੀ। ਮੇਰੇ ਫਾਦਰ ਨੂੰ ਐਕਸਪਾਇਰ ਹੋਏ ਵੇ ਜੀ ਘੱਟੋ ਘੱਟ 35-36 ਸਾਲ ਹੋ ਗਏ ਨੇ ਜੀ। ਮੈਂ 10 ਸਾਲ ਦੀ ਉਮਰ ਦੇ ਵਿੱਚ ਕੰਮ ਕਰਨ ਲੱਗ ਗਿਆ ਸੀਗਾ ਜੀ, ਪੜ੍ਹਾਈ ਦੇ ਨਾਲ ਨਾਲ ਮੈਂ ਕੰਮ ਕਰਦਾ ਸੀਗਾ। ਵੀ ਸਾਡੇ ਹਾਲਾਤ ਇਹੋ ਜਿਹੇ ਸੀਗੇ ਜੀ, ਜੇ ਅਸੀਂ ਇੱਕ ਟਾਈਮ ਦੀ ਰੋਟੀ ਖਾ ਲਈਏ ਤਾਂ ਸਾਨੂੰ ਇਹ ਨਹੀਂ ਪਤਾ ਵੀ ਸਾਨੂੰ ਦੂਸਰੇ ਟਾਈਮ ਦੀ ਮਿਲੂਗੀ ਜਾਂ ਨਹੀਂ ਮਿਲੂਗੀ। ਉਹ ਸਾਡੇ ਉੱਥੇ ਤਕਰੀਬਨ ਮਾਹੌਲ ਨਹੀਂ ਵਧੀਆ ਸੀਗਾ ਸਾਡੇ ਦਾਦਕੇ, ਇਸ ਕਰਕੇ ਵੀ ਮਤਲਬ ਕਿ ਉਦੋਂ ਦਾ ਸਾਨੂੰ ਆਏ ਸੀਗਾ ਵੀ ਸਾਡੇ ਮਦਰ ਕੱਪੜੇ ਸਿਉਂਦੇ ਸੀਗੇ ਜੀ। ਜਦ ਮੈਂ 5ਵੀਂ 'ਚ ਸੀਗਾ ਮੈਂ ਰਿਕਸ਼ਾ ਰੇਹੜੀ ਚਲਾਉਣ ਲੱਗ ਗਿਆ ਸੀਗਾ, ਅਤੇ ਮੈਂ ਆਪਣੇ ਮਦਰ ਨੂੰ ਕੰਮ ਤੋਂ ਹਟਾ ਕੇ ਕਹਿਤਾ ਸੀਗਾ ਵੀ ਮੈਂ ਜਿਵੇਂ ਮਰਜ਼ੀ ਕਰਾਂ ਵੀ ਤੈਨੂੰ ਕੰਮ 'ਤੇ ਨਹੀਂ ਲੱਗਣ ਦਊਂਗਾ, ਦਿਨ ਕਰਾਂ ਰਾਤ ਕਰਾਂ ਵੀ ਮੈਂ ਤੈਨੂੰ ਕੰਮ ਨਹੀਂ ਕਰਨ ਦੇਣਾ, ਮੈਂ ਆਪੇ ਕਮਾ ਕੇ ਰੋਟੀ ਲੈ ਕੇ ਆਊਂਗਾ। ਮਤਲਬ ਕਿ ਅਸੀਂ ਮੈਂ ਬਹੁਤ ਨਿਚਲੇ ਲੈਵਲ ਤੋਂ ਉੱਤੇ ਆਇਆ, ਅਤੇ ਸਾਡੇ ਜਿਹੜੇ ਫਾਦਰ ਸੀਗੇ, ਫਾਦਰ ਬਹੁਤ ਡਰਿੰਕ ਕਰਦੇ ਸੀਗੇ ਜੀ, ਅਤੇ ਪਰ ਉਹਨਾਂ ਦਾ ਸੁਪਨਾ ਇੱਕੋ ਸੀਗਾ ਵੀ ਉਹ ਇੱਕੋ ਗੱਲ ਸੋਚਦੇ ਹੁੰਦੇ ਸੀ ਵੀ ਮੇਰਾ ਬੇਟਾ ਜਾਂ ਵੱਡਾ ਹੋਊਗਾ ਵੀ ਮੈਂ ਉਹਨਾਂ ਦੀ ਮੈਰਿਜ ਦੇ ਵਿੱਚ ਵੀ ਉਹਦੇ ਸਹੁਰਿਆਂ ਤੋਂ ਕੁਛ ਲਵੇ ਨਾ ਲਵੇ ਮੈਂ ਇੱਕ ਸਾਈਕਲ ਖਰੀਦੂੰਗਾ, ਉਹਨਾਂ ਲਊਂਗਾ ਉਹਨਾਂ ਤੋਂ ਦੇਹ 'ਚ, ਵੀ ਮਤਲਬ ਕਿ ਸਾਡੀ ਔਕਾਤ ਇੰਨੀ ਕੁ ਸੀਗੀ ਵੀ ਅਸੀਂ ਸਾਈਕਲ ਲਵਾਂਗੇ। ਮੈਨੂੰ ਉਦੋਂ ਤਾਂ ਇਹੋ ਜਿਹਾ ਜਨੂੰਨ ਚੜਿਆ ਅਤੇ ਮੈਂ ਗੱਡੀਆਂ ਦੇ ਪਿੱਛੇ ਇੰਨਾ ਕੁ ਜ਼ਿਆਦਾ ਚੱਲ ਪਿਆ ਵੀ ਅੱਜ ਮੇਰੇ ਕੋਲ ਨਾ ਨਾ ਕਰਦੇ 10 ਤੋਂ 12 ਗੱਡੀਆਂ ਹੈਗੀਆਂ ਨੇ। ਇਹ ਜੀ ਮੈਂ ਬਹੁਤ ਛੋਟਾ ਜਿਹਾ ਹੁੰਦਾ ਸੀ, ਮੈਂ ਇਹਦੇ ਨਾਨਾ ਜੀ ਇਹ ਬਿਲਡਿੰਗਾਂ ਢਾਣ ਦਾ ਕੰਮ ਕਰਦੇ ਹੁੰਦੇ ਸੀਗੇ ਜੀ, ਜੇਠੂ ਸਿੰਘ ਜੀ, ਅਤੇ ਮੈਂ ਉਹਨਾਂ ਦੇ ਨਾਲ ਬਿਲਡਿੰਗਾਂ ਦੇਖਣ ਵਾਸਤੇ ਜਾਂਦਾ ਹੁੰਦਾ ਸੀ, ਤਾਂ ਉੱਥੋਂ ਸਾਨੂੰ ਬਹੁਤ ਪੁਰਾਣਾ ਸਮਾਨ ਮਿਲਦਾ ਹੁੰਦਾ ਸੀਗਾ, ਪਰ ਉਦੋਂ ਸਾਨੂੰ ਇੰਨੀ ਨੌਲੇਜ ਹੈ ਨਹੀਂ ਸੀਗੀ ਵੀ ਜਿਵੇਂ ਅਸੀਂ ਸਮਾਨ ਲੈ ਕੇ ਆਏ ਬਿਲਡਿੰਗ ਢਾ ਕੇ, ਕੋਈ ਆਇਆ ਸਾਤੋਂ ਲੈ ਗਿਆ, ਕੋਈ 100 ਦੇ ਗਿਆ, ਕੋਈ 200 ਦੇ ਗਿਆ, ਉਸ ਟਾਈਮ ਸਾਨੂੰ ਆਈ ਹੁੰਦਾ ਜੀ ਬਹੁਤ ਪੈਸੇ ਕਮਾ ਲਏ, ਪਰ ਐਕਚੁਅਲੀ ਜਿਹੜਾ ਮੇਰਾ ਮੇਨ ਕੰਮ ਮੈਨੂੰ ਸਿਖਾਉਣ ਵਾਲੇ ਮੇਰੇ ਜਿਹੜੇ ਗੁਰੂ ਨੇ ਉਹ ਸੰਗਰੂਰ ਦੇ ਅਸ਼ਵਨੀ ਚੌਧਰੀ ਜੀ ਨੇ। ਇੱਕ ਵਾਰੀ ਸੰਗਰੂਰ ਗਿਆ ਸੀਗਾ ਜੀ, ਕਿਸੇ ਨੇ ਮੈਨੂੰ ਦੱਸਿਆ ਵੀ ਉਹ ਪੁਰਾਣਾ ਸਮਾਨ ਲੈਂਦੇ ਨੇ ਜੀ, ਅਤੇ ਮੈਂ ਉਹਨਾਂ ਕੋਲ ਸਮਾਨ ਵੇਚਣ ਗਿਆ, ਅਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਾਕਾ ਤੂੰ ਕਿੱਥੋਂ ਆਇਆ, ਮੈਂ ਕਿਹਾ ਜੀ ਮੈਂ ਪਟਿਆਲੇ ਤੋਂ ਹਾਂ। ਫਿਰ ਉਹਨਾਂ ਨੂੰ ਮੈਂ ਦੱਸਿਆ ਜੀ ਮੈਂ ਕਿਹਾ ਜੀ ਜਿਹੜੇ ਤੁਹਾਡੇ ਇੱਥੇ ਰਹਾਇਸ਼ ਆ ਪੁਰਾਣੀ, ਵੀ ਉਹਨਾਂ ਦੇ ਕੰਧ ਨਾਲ ਕੰਧ ਲੱਗਦੇ ਵੀ ਮੈਂ ਇੱਥੇ ਦਾ ਹੀ ਬੱਚਾ ਵੀ ਇੱਥੇ ਤੋਂ ਹੀ ਮੈਂ ਜੰਮਿਆ ਅਤੇ ਪਰ ਰਹਿ ਪਟਿਆਲੇ ਰਿਹਾ ਗਾ, ਅਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਫਿਰ ਤੂੰ ਤਾਂ ਸਾਡਾ ਹੀ ਆਪਣਾ ਬੱਚਾ ਗਾ। ਫਿਰ ਉਹਨਾਂ ਨੇ ਪਟਿਆਲੇ ਆ ਕੇ ਮੈਨੂੰ ਅਤੇ ਮੇਰੀ ਮਦਰ ਨੂੰ ਕਿਹਾ ਵੀ ਤੁਸੀਂ ਇਹਨੂੰ ਸਾਡੇ ਨਾਲ ਲਾਓ ਜੀ, ਅਤੇ ਮਦਰ ਕਹਿੰਦੇ ਵੀ ਸਾਡੇ ਕੋਲ ਪੈਸਾ ਤਾਂ ਇੰਨਾ ਹੈ ਨਹੀਂ ਗਾ ਵੀ ਅਸੀਂ ਕਿਵੇਂ ਇਸ ਕੰਮ ਨੂੰ ਮਤਲਬ ਕਿ ਚਲਾਵਾਂਗੇ, ਉਹ ਕਹਿੰਦਾ ਪੈਸੇ ਵੱਲੋਂ ਹਰ ਚੀਜ਼ ਵੱਲੋਂ ਮੈਂ ਬੈਠਾਂਗਾ ਵੀ ਮੈਂ ਤੁਹਾਡੀ ਹੈਲਪ ਪੂਰੀ ਕਰੂੰਗਾ ਜੀ। ਪਰ ਉਹਨਾਂ ਨੇ ਮੈਨੂੰ ਜਿਵੇਂ ਜਿਵੇਂ ਦੱਸਿਆ ਜੀ ਮੈਂ ਉਵੇਂ ਉਵੇਂ ਕੰਮ ਕਰਦਾ ਰਿਹਾ, ਹਰ ਸ਼ਹਿਰ ਹਰ ਗਲੀ ਦੇ ਵਿੱਚ ਮੈਂ ਫਿਰਦਾ ਰਿਹਾ, ਮਤਲਬ ਕਿ ਇੰਨੀ ਕੁ ਜ਼ਿਆਦਾ ਅੰਟੀਕ ਦੀ ਲੱਤ ਲੱਗ ਗਈ ਵੀ ਜਿਵੇਂ ਮੈਨੂੰ ਨਸ਼ਾ ਹੋ ਗਿਆ ਸੀਗਾ, ਅਤੇ ਜੇ ਮੈਨੂੰ ਘਰ ਦੇ ਰਾਸ਼ਨ ਵਾਸਤੇ ਵੀ ਪੈਸੇ ਦਿੰਦੇ ਸੀਗੇ ਤਾਂ ਮੈਂ ਕਵਾੜੀਓ ਕੋਲੋਂ ਕੋਈ ਨਾ ਕੋਈ ਅੰਟੀਕ ਹੀ ਖਰੀਦ ਲਿਆਉਂਦਾ ਸੀਗਾ, ਘਰੋਂ ਆ ਕੇ ਮੇਰੇ ਛਿੱਤਰ ਪੈਂਦੇ ਸੀਗੇ। ਇਸ ਤਰ੍ਹਾਂ ਸੀਗਾ ਜੀ, ਸਾਡਾ ਲੱਕੜ ਦਾ ਕੰਮ ਹੋਣ ਕਰਕੇ ਸਾਡੇ ਕੋਲ ਕਾਫੀ ਫੈਮਿਲੀਆਂ ਆਉਂਦੀਆਂ ਸੀਗੀਆਂ ਜੀ, ਉਹ ਸਾਡੇ ਕੋਲ ਸਮਾਨ ਜਿਹੜਾ ਮੇਰੇ ਕੋਲ ਹੁੰਦਾ ਸੀ ਦੇਖਦੇ ਸੀਗੇ ਵੀ ਤੁਹਾਡੇ ਕੋਲ ਕੋਈ ਪੁਰਾਣਾ ਸਮਾਨ ਆ, ਅਸੀਂ ਉਹਨਾਂ ਨੂੰ ਦਿੰਦੇ ਸੀਗੇ ਜਦ, ਅਤੇ ਉਹਦੇ ਵਿੱਚ ਇੰਟਰਸਟ ਸਾਡਾ ਤਾਂ ਹੋਇਆ ਵੀ ਉਹ ਤੋਂ ਸਾਨੂੰ 4 ਪੈਸੇ ਵਧੀਆ ਬਣਨ ਲੱਗ ਗਏ ਜੀ। ਅੱਜ ਦੇ ਟਾਈਮ ਦੇ ਵਿੱਚ ਜਿੰਨੀਆਂ ਮਤਲਬ ਕਿ ਪੰਜਾਬ ਹਿਮਾਚਲ ਦੇ ਵਿੱਚ ਰੋਇਲ ਫੈਮਿਲੀਆਂ ਨੇ ਜੀ, ਉਹਨਾਂ ਦੇ ਘਰਾਂ 'ਚ ਜਿੰਨਾ ਅੰਟੀਕ ਲੱਗਿਆ ਹੋਇਆ ਉਹ ਸਾਰਾ ਮੇਰਾ ਦਿੱਤਾ ਹੈ ਜੀ। ਮੇਰੇ ਕੋਲ ਇੱਕ ਵਾਰੀ ਕੋਈ ਆਏ ਜੀ ਉਰੇ, ਕਹਿੰਦੇ ਵੀ ਤੁਹਾਡੇ ਕੋਲ ਪੁਰਾਣੇ ਗੱਡੇ ਵਗੈਰਾ ਮਿਲ ਜਾਣਗੇ ਜੀ, ਕੋਈ ਪੁਰਾਣਾ ਸਮਾਨ ਮਿਲ ਜੂਗਾ,
ਮੈਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਖਰੀਦਣਾ, ਕਹਿੰਦੇ ਨਹੀਂ ਜੀ ਸਾਨੂੰ ਤਾਂ ਰੈਂਟ 'ਤੇ ਚਾਹੀਦਾ ਵੀ ਫਿਲਮ ਵਾਸਤੇ। ਮੈਨੇ ਉਹਨਾਂ ਨੂੰ ਸਮਾਨ ਦਿੱਤਾ ਜੀ, ਉੱਥੇ ਤੋਂ ਮੈਨੂੰ ਵਧੀਆ ਪੈਸੇ ਮਿਲੇ ਉਹਨਾਂ ਤੋਂ ਜੀ ਰੈਂਟ ਦੇ, ਅਤੇ ਉਹ 4-5 ਦਿਨਾਂ ਦੇ ਵਿੱਚ ਮੈਨੂੰ 25-30 ਹਜ਼ਾਰ ਰੁਪਇਆ ਮਿਲਿਆ। ਉਹਦੇ ਨਾਲ ਮੈਨੂੰ ਐਂ ਹੋਗਾ ਵੀ ਜੇ ਰੈਂਟ ਵਧੀਆ ਮਿਲਦਾ ਤਾਂ ਨਾਲੇ ਸਮਾਨ ਮੇਰਾ ਵਾਪਸ ਆਉਂਦਾ ਜੀ। ਉਸ ਤੋਂ ਬਾਅਦ ਮੈਨੂੰ ਫਿਰ ਸ਼ੂਟਿੰਗ ਦਾ ਇਹੋ ਜਿਹਾ ਮਤਲਬ ਕਿ ਮੇਰਾ ਉੱਧਰ ਧਿਆਨ ਗਿਆ ਜੀ, ਮੈਂ ਸਮਾਨ ਵੇਚਣਾ ਘੱਟ ਕਰਤਾ ਅਤੇ ਇਕੱਠਾ ਕਰਨਾ ਸ਼ੁਰੂ ਕਰਤਾ। ਉਸ ਤੋਂ ਬਾਅਦ ਮੈਂ ਰੈਂਟ 'ਤੇ ਫਿਲਮਾਂ ਦੇ ਵਿੱਚ ਸਮਾਨ ਦੇਣ ਲੱਗ ਗਿਆ ਵੀ ਅੱਜ ਵੀ ਰੱਬ ਦੀ ਇੰਨੀ ਕੁ ਕਿਰਪਾ ਵੀ ਪੂਰੇ ਇੰਡੀਆ ਕੀ ਫੋਰਨ ਦੇ ਵਿੱਚ ਮੇਰਾ ਪੂਰਾ ਨਾਮ ਚੱਲਦਾ ਜੀ ਫਿਲਮ ਇੰਡਸਟਰੀ ਦੇ ਵਿੱਚ। ਉਹ ਅਸ਼ਵਨੀ ਜੀ ਜਿਹੜੇ ਵਕੀਲ ਸੀਗੇ ਜੀ, ਅਸ਼ਵਨੀ ਚੌਧਰੀ ਜੀ, ਉਹਨਾਂ ਕੋਲ 2 ਗੱਡੀਆਂ ਹੁੰਦੀਆਂ ਸੀਗੀਆਂ ਜੀ। ਮੈਂ ਉਹਨਾਂ ਕੋਲ ਜਾਂਦਾ ਸੀ ਜਦ ਵੀ ਗੱਡੀ ਦੇਖਦਾ ਸੀ ਅਤੇ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਵੀ ਅੰਕਲ ਇਹ ਗੱਡੀ, ਉਹ ਕਹਿਣਗੇ ਬੇਟੇ ਵੀ ਬਹੁਤ ਮਹਿੰਗੀ ਆਉਂਦੀ ਹੈ ਤਾਂ ਐਂ ਕਰਕੇ। ਕੁਦਰਤੀ ਕੋਈ ਮੈਨੂੰ ਕਿਸੇ ਨੇ ਉਸ ਗੱਲ ਦੇ ਉੱਤੇ ਖੁੰਦਕ ਦਵਾਈ ਜੀ, ਅਤੇ ਮੈਂ ਉਹ ਗੱਡੀ ਲੱਭਣ ਵਾਸਤੇ ਕਲਕੱਤੇ ਚਲਾ ਗਿਆ ਜੀ। ਕਲਕੱਤੇ ਦੇ ਵਿੱਚੋਂ ਮੈਂ ਗੱਡੀ ਕਵਾੜ 'ਚ ਖਰੀਦ ਕੇ ਲੈ ਕੇ ਆਇਆ ਵੀ ਜਿਹਦੀ ਤੁਸੀਂ ਹਾਲਤ ਦੇਖ ਕੇ ਕਹਿ ਨਹੀਂ ਸਕਦੇ ਵੀ ਇਹ ਤਿਆਰ ਹੋਊਗੀ ਕਦੇ। ਪਰ ਮੈਨੇ ਉਹਦੇ ਦਿਨ ਰਾਤ ਮਿਹਨਤ ਕਰਕੇ ਉਹਨੂੰ 3 ਸਾਲਾਂ ਦੇ ਵਿੱਚ ਗੱਡੀ ਨੂੰ ਤਿਆਰ ਕੀਤਾ ਜੀ, ਤਿਆਰ ਕਰਕੇ ਔਨ ਰੋਡ ਕਰਕੇ ਵਰਕਿੰਗ ਕਰਕੇ ਮੈਨੇ ਤਿਆਰ ਕਰੀ ਆ ਜੀ ਉਹ। ਉਸ ਤੋਂ ਬਾਅਦ ਮੈਨੂੰ ਇਹੋ ਜਿਹਾ ਚਸਕਾ ਪਿਆ ਕਿ ਉਹ ਫਿਲਮਾਂ 'ਚ ਜਾਣ ਲੱਗ ਗਈ ਜੀ, ਉਹਦਾ ਰੈਂਟ ਵਧੀਆ ਮਿਲਣ ਲੱਗ ਗਿਆ। ਫਿਰ ਮੈਨੇ ਗੱਡੀਆਂ ਖਰੀਦਣੀਆਂ ਸ਼ੁਰੂ ਕਰਤੀਆਂ ਜੀ ਆਪ। ਮੇਰੇ ਕੋਲ ਇਸ ਟਾਈਮ ਤੁਸੀਂ ਦੇਖ ਲਓ ਵੀ ਤਕਰੀਬਨ 5-6 ਗੱਡੀਆਂ ਨੇ ਵਿੰਟੇਜ ਕਾਰਾਂ, 1932 ਮਾਡਲ ਤੋਂ ਲੈ ਕੇ 1950 ਤੱਕ ਦੀਆਂ ਮੇਰੇ ਕੋਲ ਕਾਰਾਂ ਸਾਰੀਆਂ ਖੜੀਆਂ ਨੇ। ਜਾਨਵੀ ਕਪੂਰ ਦੀ ਪਿਕਚਰ ਆਈ ਹੈ ਜੀ, ਗੁੱਡ ਲੱਕ ਜੈਰੀ ਜੀ, ਇਹ ਸਾਰਾ ਤਕਰੀਬਨ ਪ੍ਰੋਡਕਸ਼ਨ ਦਾ ਕੰਮ ਅਸੀਂ ਉਹ ਕੀਤਾ ਜੀ ਉਰੇ। ਲੋਕੇਸ਼ਨਾਂ, ਪਰਮਿਸ਼ਨਾਂ, ਅੰਦਰ ਆਰਟ ਦਾ ਕੰਮ, ਐਕਸ਼ਨ ਵਾਹੀਕਲ ਜਿੰਨੇ ਸੀ ਸਾਰੇ ਮੇਰੇ ਸੀ ਜੀ ਉਹਦੇ ਵਿੱਚ। ਉਹਦੇ 'ਚ ਉਹਨਾਂ ਨੇ ਇੱਕ ਗੱਡੀ ਡਿਜ਼ਾਇਨ ਕਰਵਾਈ ਸੀ ਜੀ ਮੇਰੇ ਤੋਂ, ਹਮਰ ਸਪੋਰਟਸ ਮਾਡਲ, ਜਿਹੜੀ 3.5 ਕਰੋੜ ਰੁਪਏ ਦੀ ਗੱਡੀ ਹੈ ਜੀ। ਪਰ ਮੈਨੇ ਉਹ ਗੱਡੀ ਉਰੇ ਤੋਂ ਲੈ ਕੇ ਕੋਈ ਸੈਕਿੰਡ ਹੈਂਡ ਉਹਦੇ ਉੱਤੇ ਡਿਜ਼ਾਇਨ ਕਰਕੇ ਤਿਆਰ ਕਰਕੇ ਦਿੱਤੀ ਹੈ, ਜਿਹੜੀ ਵੀ ਅੱਜ ਵੀ ਮੇਰੇ ਕੋਲ ਇੱਥੇ ਖੜੀ ਆ। ਉਹ ਪੂਰੀ ਫਿਲਮ ਹੀ ਉਹ ਗੱਡੀ ਦੇ ਉੱਤੇ ਆ ਜੀ ਉਹ। ਉਸ ਤੋਂ ਬਾਅਦ ਗਾਣਿਆਂ ਦੇ ਵਿੱਚ ਤਾਂ ਮੈਂ ਕਹਿੰਦਾ ਜੀ ਮਤਲਬ ਕਿ ਕੁਝ ਹੈ ਹੀ ਨਹੀਂ ਵੀ ਗਿਣਤੀ ਵੀ ਕਿੰਨੇ ਕੁ ਗਾਣਿਆਂ 'ਚ ਮੇਰੀਆਂ ਗੱਡੀਆਂ ਜਾਂਦੀਆਂ ਨੇ, ਕਿੰਨੇ ਕੁ ਫਿਲਮਾਂ 'ਚ ਗਈਆਂ ਵੇ ਨੇ ਜੀ। ਜਿਹੜਾ ਬਾਕੀ ਐਂਟੀਕ ਦਾ ਸਮਾਨ ਆ, ਤਕਰੀਬਨ ਜਿੰਨੀਆਂ ਪੀਰੀਅਡ ਪਿਕਚਰਾਂ ਬਣੀਆਂ ਨੇ ਜੀ, ਅਕਸ਼ੇ ਕੁਮਾਰ ਦੀ ਹੋ ਗਈ, ਚਾਹੇ ਜੀ ਦਲਜੀਤ ਦੀਆਂ ਹੋ ਗਈਆਂ ਜੀ, ਜਿਵੇਂ ਆਪਣਾ ਫਲੋਰੀ ਫਿਲਮ ਆਈ ਸੀਗੀ ਜੀ, ਉਹਦਾ ਪੀਰੀਅਡ 1920 ਦਾ ਸੀਗਾ ਜੀ, ਉਹਦੇ ਵਿੱਚ 1920 ਦਾ ਹੀ ਸਮਾਨ ਉਹਨਾਂ ਨੂੰ ਮੈਨੇ ਲੈ ਕੇ ਦਿੱਤਾ ਜੀ ਸਾਰਾ ਉਸ ਟਾਈਮ। ਇਹਦੇ ਵਿੱਚ ਕਿਵੇਂ ਆ ਜੀ, ਜੇ ਮੇਰੀ ਫੈਮਿਲੀ 'ਤੇ ਤੁਸੀਂ ਜਾਣਦੇ ਹੋ ਜੀ, ਮੈਨੂੰ ਤਾਂ ਜਿਹੜਾ ਸ਼ੌਂਕ ਹੈਗਾ ਮੇਰੇ ਤੋਂ 10 ਗੁਣਾ ਮੇਰੀ ਫੈਮਿਲੀ ਨੂੰ ਆ ਜੀ। ਅਸੀਂ ਮੈਂ ਫੈਮਿਲੀ ਦੇ ਅਸੀਂ 5 ਮੈਂਬਰ ਆ ਜੀ ਟੋਟਲ, 5 ਦੇ ਵਿੱਚੋਂ ਜਿਹੜੇ 4 ਨੇ, 2 ਬੇਟੀਆਂ ਅਤੇ 1 ਬੇਟਾ ਅਤੇ ਮੇਰੀ ਮਿਸਿਜ, ਤੁਸੀਂ ਇਹ ਲਗਾ ਲਓ ਵੀ ਮੈਂ ਹਲੇ ਚੀਜ਼ ਨੂੰ ਥੋੜ੍ਹੀ ਜਿਹਾ ਇਗਨੋਰ ਕਰ ਦੂੰਗਾ, ਪਰ ਉਹ ਨਹੀਂ ਕਦੇ ਵੀ ਕਰਦੇ, ਮਤਲਬ ਕਿ ਮੇਰੇ ਨਾਲ ਜ਼ਿਆਦਾ ਸੰਭਾਲ ਉਹ ਰੱਖਦੇ ਨੇ ਇਸ ਚੀਜ਼ ਦੀ। ਕੋਈ ਵੀ ਮੁੰਡਾ ਜਾਂ ਗਰੀਬ ਕੋਈ ਮਿਲ ਜਾਵੇ ਮੈਂ ਉਹਦੀ ਹੈਲਪ ਕਰਕੇ ਬਹੁਤ ਖੁਸ਼ ਹੁੰਦਾ ਗਾ ਵੀ ਅਸੀਂ ਕਹਿੰਦੇ ਵੀ ਚੱਲ ਕੋਈ ਇਹੋ ਜਿਹਾ ਨਾ ਹੋਵੇ ਵੀ ਜਿਵੇਂ ਮਾੜੇ ਟਾਈਮ 'ਚੋਂ ਅਸੀਂ ਨਿਕਲਿਆ ਵੀ ਅੱਗੇ ਉਹ ਵੀ ਨਾ ਹੋਵੇ, ਜਾਂ ਕੋਈ ਨਸ਼ੇ ਪੱਤੇ 'ਚ ਨਾ ਪਵੇ। ਉਹ ਮੇਰੇ ਕੋਲ ਤਾਂ ਜਿੰਨੇ ਮੁੰਡੇ ਮੈਂ ਤਕਰੀਬਨ ਨਵੇਂ ਅੱਜ ਕੱਲ੍ਹ ਹੋ ਰਹੇ ਨੇ ਜੀ, ਜੇ ਉਹ ਪੜ੍ਹਦੇ ਨੇ ਤਾਂ ਉਹਨਾਂ ਨੂੰ ਪੁੱਛੀਦਾ ਵੀ ਜੇ ਤੁਹਾਡਾ ਪੜ੍ਹਾਈ ਦਾ ਖਰਚਾ ਨਹੀਂ ਹੁੰਦਾ ਤਾਂ ਤੁਸੀਂ ਸਾਡੇ ਨਾਲ ਲੱਗੋ, ਅਸੀਂ ਤੁਹਾਡਾ ਪੜ੍ਹਾਈ ਦਾ ਖਰਚਾ ਵੀ ਕਰਾਂਗੇ ਜੀ। ਬਹੁਤ ਫੈਮਿਲੀਆਂ ਨੇ ਜਿਨ੍ਹਾਂ ਨੂੰ ਅਸੀਂ ਦੇ ਕੇ ਆਉਂਦੇ ਹਾਂ, ਠੀਕ ਹੈ ਨਾ ਜੀ। ਉਸ ਤੋਂ ਬਾਅਦ ਬਾਕੀ ਅੱਜ ਕੱਲ੍ਹ ਯੂਥ ਨੂੰ ਤਾਂ ਇਹੀ ਆ ਜੀ ਮੈਸੇਜ ਵੀ ਨਸ਼ੇ 'ਚ ਕੁਛ ਨਹੀਂ ਪਿਆ ਜੀ, ਨਸ਼ਾ ਛੱਡ ਕੇ ਕੋਈ ਵਧੀਆ ਆਪਣੀ ਲਾਈਫ ਨੂੰ ਇੰਜੋਏ ਕਰੋ, ਕੋਈ ਵਾਰ ਵਾਰ ਤਾਂ ਕਦੇ ਮਿਲਦੀ ਨਹੀਂ ਜੀ। ਹੁਣ ਅਸੀਂ ਮੈਂ ਤੁਸੀਂ ਦੇਖ ਲਓ ਵੀ ਇਸ ਮਾਹੌਲ 'ਚੋਂ ਨਿਕਲਿਆ ਵੇ ਹਾਂ ਵੀ ਜਿੱਤੇ ਤੁਸੀਂ ਸੋਚ ਹੀ ਨਹੀਂ ਸਕਦੇ ਵੀ ਕਦੇ ਵੀ ਇਹ ਬੰਦਾ ਇੱਥੇ ਤੱਕ ਪਹੁੰਚੂਗਾ ਜਾਂ ਬਚੂਗਾ ਜਾਂ ਮਰੂਗਾ, ਵੀ ਮੈਂ ਇਹੋ ਜਿਹੇ ਗੰਦੇ ਨਸ਼ਿਆਂ 'ਚੋਂ ਨਿਕਲ ਕੇ ਆਇਆ ਗਾ ਵੀ ਸਾਡੀਆਂ ਫੈਮਿਲੀ ਜਿਹੜੀ ਸੀਗੀ ਕਰਦੀ ਸੀਗੀ ਜੇ ਉੱਥੇ ਦਾ ਮਾਹੌਲ ਇਹੋ ਜਿਹਾ ਸੀਗਾ। ਪਰ ਮੈਂ ਅੱਜ ਤੱਕ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਨਸ਼ੇ ਨੂੰ ਨਾ ਟੱਚ ਕੀਤਾ ਨਾ ਟੇਸਟ ਕਰਿਆ। ਫਿਊਚਰ 'ਚ ਆਇਆ ਜੀ ਮੈਂ ਬਿਜ਼ਨਸ ਨੂੰ ਅੱਗੇ ਵਧਾਉਣਾ ਚਾਹ ਰਿਹਾ ਹੋਰ ਜੀ। ਤਕਰੀਬਨ ਮੇਰਾ ਆਇਆ ਵੀ ਹੁਣ ਭੱਜ ਦੌੜ ਤੋਂ ਛੱਡ ਕੇ ਵੀ ਇੱਕ ਸਾਈਡ 'ਤੇ ਦੇਖ ਰਿਹਾ ਵੀ ਅਸੀਂ ਕੋਈ ਸਿਸਟਮ ਆਪਣਾ ਬਣਾ ਕੇ ਵੀ ਇੱਕ ਜਗ੍ਹਾ 'ਤੇ ਹੀ ਰੱਖੀਏ ਸਾਰਾ, ਵੀ ਉੱਥੇ ਤੋਂ ਹੀ ਦਈਏ। ਵੀ ਹੁਣ ਜਿਵੇਂ ਮੈਂ ਸੈੱਟ 'ਤੇ ਅੱਗੇ ਜਾਂਦਾ ਸੀਗਾ ਜੀ, ਮੇਰੀ ਫੀਸ ਹੁੰਦੀ ਸੀ, ਮੇਰਾ ਉਹਨਾਂ ਨਾਲ ਕੰਟੈਕਟ ਹੁੰਦਾ ਸੀ ਵੀ ਸੈੱਟ 'ਤੇ ਜਾਣਾ, ਹੁਣ ਮੈਂ ਛੱਡੂੰਗਾ ਅਤੇ ਘਰ ਹੀ ਕੰਮ ਸ਼ੁਰੂ ਕਰੂੰਗਾ ਜੀ ਸਾਰਾ।